अस्सलाम वालेकुम दोस्तों, मैं हाँ मोहम्मद मुदस्सिर जफर। मैं मोहम्मद फरहान रियाज। तो तुसा रहदे पे सारा यूट्यूब चैनल देहात दे लोग। तो दोस्तों अज जिहड़ा सारा व्लॉग है, अज मैं तुहानू अपने गाँव के सब्जियां लिखी सा कि सारे गाँव के किहड़े-किहड़े सब्जियां पातियां ने। जिहलो पहले तो सब्जियां लिखियां ने दोस्तों, जिवें तुसा रहदे पे सामने जिहड़ा लग्गिया ने ना, इह ने भिंडियां। अगे एक वीडियो तुहानू मैं दिखाया ही, इह ने भिंडियां उत्थां छोटे उंगले थियां कहना कड़ियां ने, हुण देखो इह हुण थियां ने। इह ने भिंडियां दा पौधा ते बीएं भी लग्गिया ने अंदरों। इह देखो ਇਹ ਭਿੰਡੀ ਵੇ ਤੇ ਇਹ ਵੀ ਭਿੰਡੀ ਵੇ ਯਕਿਆ ਇੱਥਾਂ ਇਹ ਭਿੰਡੀਆਂ ਦਾ ਪੌਦਾ ਹੈ। ਦੇਖੋ ਤੇ ਦੋਸਤੋ, ਜਿਵੇਂ ਕਿ ਤੁਸੀਂ ਡੇਦੇ ਪਏ ਵੇ, ਇਹ ਜਿਹੜਾ ਖੇਤ ਨਾ ਇਹ ਵੀ ਭਿੰਡੀਆਂ ਦਾ, ਸਾਹਮਣੇ ਤੁਸੀਂ ਡੇਦੇ ਪਏ ਵੇ, ਇਹ ਭਿੰਡੀਆਂ ਲੱਗੀਆਂ ਨੇ ਯਕਿਆਂ ਵਿੱਚ ਤੇ ਇਹ ਵੀ ਭਿੰਡੀ ਹੈ। ਸਾਰਾ ਤੁਸੀਂ ਡੇਦੇ ਪਏ ਵੇ, ਇਹ ਵੀ ਭਿੰਡੀਆਂ ਦਾ ਖੇਤ। ਸਾਰਾ ਭਿੰਡੀਆਂ ਦਾ ਖੇਤੀ ਵੇ। ਇਹ ਜਿਹੜੀਆਂ ਯਕੀਆਂ ਦੇ ਪੈਵੇ ਨਾ, ਇਹ ਸਾਰਿਆਂ ਇਹ ਸਿਰਫ ਇਹੋ ਤਾਂ ਭਿੰਡੀਆਂ ਅਤੇ ਇੱਥਾਂ ਫਿਲਹਾਲ ਇਹ ਰਾਜਾ ਪੈਣ। ਇਹਦੇ ਪੈਵੇ ਤੁਸਾਂ ਇਹ ਨਵੇਂ ਭਿੰਡੀਆਂ ਚੁੱਲੋ ਤੋਂ ਅੱਗੋਂ ਗੋਭੀਆਂ ਵੀ ਦਿਖ। ਇਹਦੇ ਪੈਵੇ ਤੁਸਾਂ ਇਹ ਜਿਹੜੇ ਨਾ, ਇਹ ਨਵੇਂ ਟਮਾਟਰ ਹਾਲੀ ਹਨ, ਅਸਲ ਛੋਟੇ ਛੋਟੇ ਹਾਲੀ ਇਹ ਥਿੰਦੇ ਪੈਣ ਅਤੇ ਇਹ ਹਨ ਟਮਾਟਰ ਅਤੇ ਬਾਕੀ ਪਰ ਸਾਵੀਆਂ ਮਿਰਚਾਂ ਅਤੇ ਰੱਤੀਆਂ ਮਿਰਚਾਂ ਰਾਜਾ। ਇਹ ਵੇ ਟਮਾਟਰਾਂ ਦੀ ਬੂਟੀ, ਇਹ ਤੋਂ ਅੱਗੋਂ ਮੈਂ ਦਿਖਾ ਰਿਹਾ ਨਾ ਪਿੱਛੋਂ ਕਰਕੇ। ਇਹ ਜਿਹੜੀ ਬੂਟੀ ਹੈ ਨਾ, ਇਹ ਵੀ ਟਮਾਟਰਾਂ ਦੀ, ਇਹ ਸਾਵੇਂ ਮਿਰਚਾਂ ਅਤੇ ਉਹ ਸਾਹਮਣੇ ਭਿੰਡੀਆਂ ਦੇ ਕੱਦੂ ਦੀਨ ਦੇ ਪਰ ਹੋਏ। ਇਹ ਜਿਹੜੀ ਹੈ ਨਾ, ਇਹ ਟਮਾਟਰਾਂ ਦੀ ਬੂਟੀ ਹੈ, ਟਮਾਟਰ ਹਾਲੀ ਇਹ ਖੜਨ ਲੇਕਿਨ ਹਾਲੀ ਛੋਟੇ ਨੇ ਦੇਖੋ। ਅਤੇ ਦੋਸਤੋ ਜਿਵੇਂ ਤੁਸੀਂ ਰਹਿੰਦੇ ਪਏ, ਇਹ ਜਿਹੜੀ ਬੂਟੀ ਹੈ ਨਾ, ਇਹ ਨੇ ਤੂਰੀਆਂ, ਤੂਰੀਆਂ ਜਿਹੜੀਆਂ ਕਿਨੇ ਨਹੀਂ ਥੀਆਂ ਪੂਰੀਆਂ। ਇਹ ਤੂਰੀਆਂ, ਇਹ ਤੂਰੀਆਂ ਦੀ ਬੂਟੀ ਹੈ ਅਤੇ ਇਹ ਸਾਹਮਣੇ ਤੂਰੀਆਂ ਦੇ ਫੁੱਲ ਖੜਨ ਦੇ। ਇਹ ਕਿਵੇਂ ਦੇਖੋ, ਸੋਹਣੇ ਸੋਹਣੇ ਪਿਆਰੇ ਪਿਆਰੇ ਲੱਗਦੇ ਹਨ। ਇਹ ਨਵੇਂ ਤੂਰੀਆਂ ਵਿੱਚ ਵੀ ਆਈਆਂ ਹੋ ਸਨ, ਲੇਕਿਨ ਜੁਲੋ ਤੋਂ ਅੱਗੋਂ ਵੀ ਇਹ ਵੱਲ ਸਬਜ਼ੀ ਦੇ ਪੌਦੇ ਰਿਖੇ ਨੇ। ਦੋਸਤੋ ਇਹ ਜਿਹੜੀ ਬੂਟੀ ਖੜੀ ਵੇ, ਇਹ ਸਾਹਮਣੇ ਵੇ ਕੱਦੂ, ਕੱਦੂ ਸ਼ਰੀਫ। ਤੁਸੀਂ ਇਹ ਦੇਖੋ, ਇਹ ਸਾਹਮਣੇ ਜਿਹੜੀ ਬੂਟੀਆਂ ਨਾ, ਇਹ ਨਵੇਂ ਕੱਦੂ, ਮਾਸ਼ਾਅੱਲਾ ਚੈੱਕ ਕਰੋ। ਅਤੇ ਇਹ ਜਿਹੜਾ ਪੌਦਾ ਨਾ, ਇਹ ਵੇ ਕੱਦੂ ਦਾ, ਪਿੱਛੋਂ ਤੂਰੀ ਦਾ ਤੁਹਾਨੂੰ ਦਿਖਾਇਆ, ਮੈਂ ਭਿੰਡੀਆਂ ਦਾ ਦਿਖਾਇਆ। ਇਹ ਜਿਹੜਾ ਇਹ ਬਕਾਇਦਾ ਕੱਦੂ ਦਾ ਪੌਦਾ ਹੀ ਵੇ। ਜੁਲੋ ਤੁਹਾਨੂੰ ਅੱਗੋਂ ਹੁਣ ਵੀ ਆ ਮਿਰਚਾਂ ਲਿਖੀਆਂ ਨੇ। ਅਤੇ ਦੋਸਤੋ ਜਿਵੇਂ ਕਿ ਤੁਸੀਂ ਦੇਖਦੇ ਪਏ ਵੇ, ਇਹ ਜਿਹੜਾ ਨਾ, ਇਹ ਮਿਰਚਾਂ ਨੇ ਵੇ, ਇਹ ਸਾਹਮਣੇ ਡੁੱਡੀਆਂ ਮਿਰਚਾਂ, ਜਿਹੜਾ ਤੁਸੀਂ ਆਉਂਦੇ ਸਟੈਂਦੇ ਨਾ ਸਾਗ ਵਿੱਚ ਅਕਸਰ, ਉਹ ਮਿਰਚ ਵੀ ਦੇਖੋ ਇਹ ਸਾਹਮਣੇ, ਇਹ ਰੱਤੀਆਂ ਮਿਰਚਾਂ ਅਤੇ ਬਾਕੀ ਤੁਹਾਨੂੰ ਸਾਵੇਂ ਲਿਖਿਆ ਨੇ। ਇਹ ਸਾਵੇਂ ਮਿਰਚਾਂ ਨੇ, ਹਾਲੀ ਹੈ ਨਸਲ ਛੋਟੀਆਂ, ਇਹ ਥੀਆਂ ਵਜਨ, ਇਹ ਸਾਵੀ ਮਿਰਚ ਵੇ। ਇਹਦੇ 'ਤੇ ਪੈ ਵੇ, ਇਹ ਵੱਡੀ ਮਿਰਚ ਖੜੀ ਵੇ, ਇਹ ਸਾਵੇਂ ਮਿਰਚਾਂ ਅਤੇ ਉਹ ਜਿਹੜੀ ਹੈ ਇਹ ਸਾਹਮਣੇ ਵਾਲੀ, ਇਹ ਰੱਤੀ ਮਿਰਚ ਹੈ। ਅਤੇ ਦੋਸਤੋ ਇਹ ਸਾਹਮਣੇ ਕਮਾਨ ਦਾ ਰਾਦਾ ਪੈ ਵੇ, ਕਮਾਨ ਦਾ ਖੇਤ ਹੈ, ਜੇ ਕੋਈ ਅਸਾਂ ਸ਼ੂਗਰ ਆਦੇ ਹੈ ਇਹ ਉਹ ਹੀ ਵੇ, ਅਤੇ ਬਾਕੀ ਗੰਨਾ, ਗੰਨਾ ਤੁਸੀਂ ਖਾਧਾ ਸੀ, ਇਹ ਉਹ ਹੈ। ਇਹਦੇ ਨਾਲ ਗੁੜ ਵੀ ਬਣਦੇ ਵੇ, ਇਹਦੇ ਨਾਲ ਬਹੁਤ ਫਾਇਦੇ ਹਨ, ਗੁੜ ਬਣਦੇ ਵਾਲ, ਇਹਦੇ ਨਾਲ ਕੱਕੋ ਬਣਦੀ ਹੈ, ਚੀਨੀ ਬਣਦੀ ਹੈ। ਦੋਸਤੋ ਇੱਥੇ ਮੈਂ ਇੱਕ ਅਨੋਖੀ ਸ਼ਾਇਦ ਦੇਖ ਦੀ, ਸਾਹਮਣੇ ਤੁਸੀਂ ਜਿਹੜੀ ਬੂਟੀ ਦੇ ਪੈਵੇ ਨਾ, ਇਹ ਬੂਟੀ ਹੈ ਪੈਸਿਆਂ ਵਾਲੀ ਬੂਟੀ, ਮਤਲਬ ਇਹ ਯਕੇ ਪੈਸੇ ਲੱਗੇ ਹੋਣੇ ਮੇਰੇ, ਕੁਝ ਜ਼ਿਆਦਾ ਨਹੀਂ ਹੋ ਗਿਆ ਜੀ, ਮਤਲਬ ਕੁਝ ਵੀ। ਤੁਸੀਂ ਹੈਰਾਨ ਸੀ ਕਿਹਾ ਬਈ, ਇਹ ਪੈਸੇ ਕਿਵੇਂ ਯਾਰ, ਮਜ਼ਾਕ ਕਰਨ ਦਾ ਪਿਆ। ਇਹ ਬੂਟੀ ਹੈ, ਇਹ ਵੇ ਟਾਹਲੀ, ਜੇ ਕੋਈ ਅਸਾਂ ਸਰੈਕੀ ਟਾਹਲੀ ਆਦੇ ਹਾਂ ਅਤੇ ਇੱਕ ਉਰਦੂ ਦੇ ਵਿੱਚ ਸ਼ੀਸ਼ਾ ਮਾਰ ਦੇਣ, ਸ਼ੀਸ਼ਾ ਦਾ ਦਰਖਤ।